ਵੈਲਕਮ ਜੀ ਤੁਹਾਡਾ ਸਾਰਿਆਂ ਦਾ ਇੱਕ ਹੋਰ ਨਵੇਂ ਵਲੌਗ ਦੇ ਵਿੱਚ। ਅਤੇ ਇਸ ਵਲੌਗ ਦੇ ਵਿੱਚ ਇਹ ਮੈਂ ਕੱਲ੍ਹ ਸ਼ੂਟ ਕੀਤਾ ਸੀ ਵਲੌਗ, ਕੱਲ੍ਹ ਮੈਂ ਪਾਇਆ ਨਹੀਂ ਸੀ ਕੋਈ, ਕੱਲ੍ਹ ਕੋਈ ਪ੍ਰੋਬਲਮ ਆ ਗਈ ਸੀ। ਅਤੇ ਅੱਜ ਇਹ ਵਲੌਗ ਪਾ ਰਹੇ ਹਾਂਗੇ ਆਪਾਂ। ਇਹਦੇ 'ਚ ਮੈਂ ਫੋਟੋ ਸ਼ੂਟ ਕੀਤਾ ਸੀਗਾ ਕੈਨਨ ਦੇ ਕੈਮਰੇ ਨਾਲ, ਅਤੇ ਬਾਕੀ ਉਹ ਤੁਸੀਂ ਦੇਖੋ ਜਾ ਕੇ ਕਿੱਦਾਂ ਲੱਗਿਆ। ਵੀਡੀਓ ਐਂਡ ਤੱਕ ਦੇਖਿਆ ਕਰੋ, ਅਤੇ ਵੀਡੀਓ ਐਂਡ ਤੱਕ ਦੇਖਿਓ, ਐਂਡ 'ਤੇ ਕਮੈਂਟ ਕਰ ਦਿਆ ਕਰੋ, ਸਾਰਾ ਕੁਛ ਲਾਈਕ ਵੀ ਕਰ ਦਿਆ ਕਰੋ। ਅਤੇ ਜਿਹੜੇ ਜਿਹੜੇ ਨਵੇਂ ਨੇ ਚੈਨਲ 'ਤੇ ਉਹ ਸਬਸਕ੍ਰਾਈਬ ਕਰ ਲਿਓ ਚੈਨਲ ਨੂੰ। आउटफिट चेंज शिफ्ट हो गई हूँ जगह कि बाहर करके देख दें जॉनियर भी करा देख होर आउटफिट मिलती है आउटफिट आउटफिट ਅੱਗੇ ਤੋਂ ਦੱਸਦਾ ਥੋੜ੍ਹਾ ਉੱਪਰ ਨੂੰ ਉੱਪਰ ਨੂੰ ਮਜ਼ਾ ਆ ਜਾ ਤੁਰ ਕੇ ਥੋੜ੍ਹੇ ਵਾਹ ਹੁਣ ਸਟਾਈਲ ਹੈ ਥੋੜ੍ਹੇ ਵਾਹ ਗਰਦ ਥੋੜ੍ਹੀ ਨੀਵੀਂ ਥੋੜ੍ਹੇ ਜ਼ਿਆਦਾ ਹੋ ਗਿਆ ਥੋੜ੍ਹੀ ਹੋਰ ਨੀਵੀਂ ਸਾਈਡ ਥੋੜ੍ਹਾ ਇਦੋਂ ਹਲਕੀ ਵਾਹ ਜੈ ਦੁਲਾ ਤਾਂ ਸਾਰਾ ਖਾਰਾ ਖਾਰਾ ਬਹੁਤ ਸਵੇਰੇ ਵੀ ਗੁਰਦ ਸਾਹਿਬ ਬਹੁਤ ਹੋ ਸੀਗਾ ਹਾਂ ਇਹਦੇ ਵੀ ਫੋਟੋ ਖਿੱਚਿਆ ਜਾਣਗੀਆਂ ਲਾਈਵ ਨਹੀਂ ਹੋਇਆ ਅੱਜ ਕਹਿੰਦੇ ਯਾਰ ਇਹ ਧੋਤਾ ਤਾਂ ਗੰਦਾ ਕੀਤਾ ਮੈਨੂੰ ਤਾਂ ਐਂ ਲੱਗਦਾ अपने घर लग रहा है जी वाईफाई देखो तुसी अनोखिया दा गा ते इधर चाचा देखो चाचा ये की गल्ला ने चाचा राखी बैठा कहना कहना जी अज ना ला के कहना गोली मारू जिन्ना मर्जी चला फ्री ची है समझ लो तेन मूवी ला के सौ जाए सी दुलमाले राह थोड़ी जी रील्स बना थोड़ी रील्स बना बाकी हूँ ट्रैक्टर अपना साइड से खड़ा गा तो रील्स आप बना लिया वो तुम अगे चैक कर लो किदा दिया बनिया ने गिया
let the rhythm move us. Yeah, baby, take it too far. You're at the center of my attention. Yeah, you got me so lost. I love the way that you move and how the lights keep up the groove. You're like. ਤੁਸੀਂ ਰੀਲਸ ਦੇਖ ਲਈਆਂ ਕਿੱਦਾਂ ਹੀ ਲੱਗੀਆਂ ਕਮੈਂਟ ਕਰਕੇ ਦੱਸਿਓ ਤੇ ਬਾਕੀ ਵੈਦਰ ਚੈੱਕ ਕਰੋ ਯਾਰ ਤੁਸੀਂ ਦੇਖੋ ਕਿੰਨਾ ਘੈਂਟ ਹੋਇਆਗਾ ਅੱਜ ਬਹੁਤ ਘੈਂਟ ਵੈਦਰ ਆ ਦੇਖੋ ਤੁਸੀਂ ਤੇ ਇੱਧਰ ਆਪਣਾ ਜੌਂਡੀਅਰ ਅੱਜ ਚਾਚੇ ਨੇ ਜੌਂਡੀਅਰ ਧੋਤਾ ਸੀਗਾ ਤੇ ਮੀਂਹ ਪੈ ਗਿਆ ਇਸ ਕਰਕੇ ਟਰੈਕਟਰ ਥੋੜ੍ਹਾ ਜਿਹਾ ਹੋਰ ਲਿਬੜ ਗਿਆ ਲਾਈਟਾਂ ਚੱਲ ਤੇ ਜਿਹੜੀਆਂ ਆਪਾਂ ਰੀਲਸ ਬਣਾਈਆਂ ਨੇ ਉਹ ਆਪਾਂ ਆਈਫੋਨ 'ਚ ਬਣਾਈਆਂ ਸੀਗੀਆਂ ਤੇ ਬਾਕੀ ਹੁਣ ਜਿਹੜਾ ਮੈਂ ਸ਼ੂਟ ਕਰ ਰਿਹਾ ਰੈਡਮੀ 'ਚ ਕਰ ਰਿਹਾ ਦੇਖ ਲਓ ਤੁਸੀਂ ਕਲੈਰਟੀ ਦਾ ਫਰਕ ਕਿੰਨਾ ਜ਼ਿਆਦਾ ਗਾ ਤੇ ਮੈਂ ਰੀਲਾਂ ਬਣਾ ਕੇ ਉਸ ਤੋਂ ਬਾਅਦ ਘਰੇ ਆ ਗਿਆ ਸੀਗਾ ਤੇ ਫਿਰ ਮੈਂ ਹੁਣ ਜਿਹੜਾ ਆਈਫੋਨ 12 'ਚ ਆਪਾਂ ਰੀਲਾਂ ਬਣਾਈਆਂ ਸੀਗੀਆਂ ਉਹ ਮੇਰੇ ਯਾਰ ਦੋਸਤ ਦਾ ਸੀਗਾ ਤੇ ਉਸ ਦੇ ਵਿੱਚ ਫਿਰ ਹੁਣ ਆਪਾਂ ਉਹਦੇ 'ਚੋਂ ਸ਼ੇਅਰ ਕਰਾ ਕੇ ਲਿਆਉਣੀਆਂ ਸੀਗੀਆਂ ਆਪਣੇ ਆਈਫੋਨ 'ਚ ਮੇਰੇ ਡੈਡੀ ਕੋਲ ਐਕਸ ਹੈਗਾ ਆਈਫੋਨ ਐਕਸ ਉਹਦੇ 'ਚ ਸ਼ੇਅਰ ਕਰਾ ਲਿਆਵਾਂਗੇ ਫਿਰ ਉਹ 'ਚੋਂ ਹੀ ਐਡਿਟ ਕਰਕੇ ਪਾਈ ਚੱਲਾਂਗੇ ਤੇ ਉਹ ਕਰਾ ਕੇ ਲੈ ਆਇਆਂਗਾ ਹੁਣ ਮੈਂ ਤੇ ਉਹ 'ਚੋਂ ਹੁਣ ਮੈਂ ਐਡਿਟ ਕਰੂੰਗਾ ਰੀਲਸ ਜਿਹੜੀਆਂ ਕਿ ਤੁਹਾਨੂੰ ਇੰਸਟਾਗ੍ਰਾਮ 'ਤੇ ਦੇਖਣ ਨੂੰ ਮਿਲਣਗੀਆਂ ਇੱਥੇ ਆਈਡੀ ਆ ਰਹੀ ਹੈ ਸਾਈਡ 'ਤੇ ਇੱਥੇ ਸਾਈਡ 'ਤੇ ਆਈਡੀ ਆ ਰਹੀ ਹੈਗੀ ਨੂਰ ਉੱਪਲ 3600 ਫੋਲੋ ਕਰ ਲਿਓ ਜਾ ਕੇ ਉੱਥੇ ਘੈਂਟ ਘੈਂਟ ਰੀਲਸ ਪਈਆਂ ਨੇਗੀਆਂ ਤੇ ਜਿਹੜੀਆਂ ਤੁਸੀਂ ਪਿੱਛੇ ਪਹਿਲਾਂ ਦੇਖ ਕੇ ਵੀ ਆਏ ਹੋ ਰੀਲਸ ਤੇ ਅੱਜ ਦੀ ਵੀਡੀਓ ਆਪਾਂ ਇੱਥੇ ਖਤਮ ਕਰ ਦਿਆਂਗੇ ਉਮੀਦ ਆ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ ਤੇ ਤੁਸੀਂ 5K ਮੈਨੂੰ ਲੱਗਦਾ ਕੰਪਲੀਟ ਕਰਦੇ ਨੀਗੇ ਕਰ ਦਿਓ ਯਾਰ ਐਂ ਕਾਹਤੇ ਕਰਦੇ ਹੋ 5K ਕੰਪਲੀਟ ਕਰ ਦਿਓ ਕੱਲ੍ਹ ਨੂੰ ਮੈਂ ਬਰਥਡੇ ਸੈਲੀਬ੍ਰੇਟ ਕਰਨਾ ਅਤੇ ਹੈਗਾ ਤਾਂ ਮੇਰਾ 13 ਤਰੀਕ ਨੂੰ ਆ ਬਰਥਡੇ ਪਰ ਉੱਦਣ ਮੰਡੇ ਹੈਗਾ ਸਕੂਲ ਜਾਣਾਗਾ ਇਸ ਕਰਕੇ ਸੰਡੇ ਨੂੰ ਸੈਲੀਬ੍ਰੇਟ ਕਰ ਲਾਂਗੇ ਸੰਡੇ ਨੂੰ 12 ਤਰੀਕ ਆ ਅਤੇ ਬਾਕੀ ਕੱਲ੍ਹ ਨੂੰ ਕਰਾਂਗੇ ਸੈਲੀਬ੍ਰੇਟ ਅਤੇ ਉਹਦਾ ਵਲੋਗ ਆਊਗਾ ਪਰਸੋਂ ਨੂੰ ਮਤਲਬ ਤੁਹਾਡਾ ਕੱਲ੍ਹ ਨੂੰ ਆਊਗਾ ਤੁਸੀਂ ਕੱਲ੍ਹ ਨੂੰ ਦੇਖ ਰਹੇ ਹੋਵੋਗੇ ਤੁਹਾਡਾ ਕੱਲ੍ਹ ਨੂੰ ਆਊਗਾ ਵਲੋਗ ਅਤੇ ਬਾਕੀ ਇੱਦਾਂ ਹੀ ਪਿਆਰ ਦਿੰਦੇ ਰਹੋ ਮਿਲਦੇ ਨਵੇਂ ਵਲੋਗ ਦੇ ਵਿੱਚ ਓਕੇ ਬਾਏ ਟਾਟਾ